ਸੋ ਗੱਲ ਯੂਕੇ ਦੀ ਕਰਾਂਗੇ ਹਾਲਾਂਕਿ ਯੂਕੇ ਤੋਂ ਜਿਸ ਤਰ੍ਹਾਂ ਦੇ ਅਪਡੇਟਸ ਆ ਰਹੇ ਨੇ ਉਸ ਦੇ ਨਾਲ ਸਟੂਡੈਂਟਸ ਕਿਤੇ ਨਾ ਕਿਤੇ ਮਾਇੂਸ ਜ਼ਰੂਰ ਨਜ਼ਰ ਆ ਰਹੇ ਨੇ ਕਿ ਹੁਣ ਬਹੁਤ ਚੰਗੀ ਆਪਸ਼ਨ ਨਹੀਂ ਦਿਖ ਰਹੀ ਉਹਨਾਂ ਨੂੰ ਕਿ ਅਸੀਂ ਯੂਕੇ ਵਾਲਾਗੇ ਵਧੀਏ 스ਪਾਊਸ ਨਾਲ ਅਪਲਾਈ ਨਹੀਂ ਕੀਤਾ ਜਾ ਸਕਦਾ ਸੋ ਅੱਜ ਕੁਝ ਖਾਸ ਪੁਆਇੰਟ ਜ਼ਰੂਰ ਸਾਂਝੇ ਕਰਾਂਗੇ ਕਿ ਕੀ ਮੇਜਰ ਅਪਡੇਟਸ ਨੇ ਯੂਕੇ ਨੂੰ ਲੈ ਕੇ ਔਰ ਸਟੂਡੈਂਟ ਨੂੰ ਅੱਜ ਦੇ ਟਾਈਮ ਵਿੱਚ ਅਗਰ ਸਟੱਡੀ ਵੀਜ਼ਾ ਲਈ ਤੁਸੀਂ ਅਪਲਾਈ ਕਰਨਾ ਹੈ ਕਿਹੜੀ ਬੈਸਟ ਆਪਸ਼ਨ ਵੱਲ ਤੁਹਾਨੂੰ ਅੱਗੇ ਵਧਣਾ ਚਾਹੀਦਾ ਹੈ ਜਿੱਥੇ ਟਾਈਮਲੀ ਵੀਜ਼ਾ ਆ ਰਹੇ ਨੇ ਔਰ ਤੁਹਾਡੇ ਲਈ ਚੰਗੀ ਆਪਸ਼ਨਸ ਜੋ ਹੈ ਉੱਥੇ ਨਜ਼ਰ ਆਣ ਵਾਲੀਆਂ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਇਹ ਡਿਟੇਲ ਵਿੱਚ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਓ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਸੋ ਮੈਮ ਤੁਹਾਡਾ ਜਿਵੇਂ ਅਸੀਂ ਦੇਖ ਰਿਹਾ ਇਹਨਾਂ ਲੰਬਾ ਸਫਰ ਹੈ ਇਹਨਾਂ ਵੱਡਾ ਤਜਰਬਾ ਹੈ 62 28 ਸਾਲਾਂ ਦੀ ਆਪਾਂ ਗੱਲ ਕਰ ਲੈਨੇ ਆ ਪਰ ਜਿਸ ਤਰੀਕੇ ਨਾਲ ਹੁਣ ਯੂਕੇ ਦੀ ਯੂਕੇ ਨੂੰ ਆਪਾਂ ਦੇਖ ਰਿਹਾ ਜਿਸ ਤਰ੍ਹਾਂ ਦੇ ਅਪਡੇਟਸ ਆ ਚੁੱਕੇ ਨੇ ਪਹਿਲਾਂ ਤਾਂ ਅਪਡੇਟਸ ਜਿਹੜੇ ਨੇ ਹੁਣ ਉਹ ਜ਼ਰੂਰ ਇਸ ਵੀਡੀਓ ਜ਼ਰੀਏ ਸਟੂਡੈਂਟਸ ਨੂੰ ਸਾਰੀ ਜਾਣਕਾਰੀ ਦਿਓ ਪਰ ਨਾਲ ਦੇ ਨਾਲ ਇਸ ਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਨੀ ਹੈ ਇਹਨਾਂ ਅਪਡੇਟਸ ਤੋਂ ਬਾਅਦ ਯੂਕੇ ਨੂੰ ਆਪਾਂ ਸਟੱਡੀ ਵੀਜ਼ਾ ਦੇ ਤੌਰ ਤੇ ਕਿਵੇਂ ਦੇਖੀਏ ਤੇ ਸਟੂਡੈਂਟ ਨੂੰ ਅੱਜ ਦੇ ਸਮੇਂ ਵਿੱਚ ਕਿਹੜੀ ਆਪਸ਼ਨ ਦੇ ਨਾਲ ਅੱਗੇ ਵਧਣਾ ਚਾਹੀਦਾ ਜੇਕਰ ਉਹ ਆਪਣੇ ਫਿਊਚਰ ਦੀ ਸੈ ਦੇਖੋ ਅਪਡੇਟ ਤੇ ਹਰ ਟਾਈਮ ਹਰ ਕੰਟਰੀ ਦਾ ਕੋਈ ਨਾ ਕੋਈ ਰਹੇਗਾ ਹੀ ਜੀ ਔਰ ਇੱਕ ਲੰਬਾ ਸਮਾਂ ਹੋ ਗਿਆ ਯੂਕੇ ਨੂੰ ਵੀਜ਼ਾ ਦਿੱਤੇ ਦਿੰਦੇ ਹੋਏ ਔਰ ਕਾਫੀ ਜ਼ਿਆਦਾ ਵੀਜ਼ਾ ਦਿੱਤਾ ਆਲਮੋਸਟ 100% ਵਾਂਗੂ ਜਿਉਂ ਉਹਨਾਂ ਦੀ ਬੈਂਕ ਸਟੇਟਮੈਂਟ ਠੀਕ ਸੀਗੀਆਂ ਕੋਈ ਇੰਟਰਵਿਊ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਇਹਨਾਂ ਨੇ ਹੁਣ ਲੰਬਾ ਸਮਾਂ ਹੋ ਗਿਆ ਉੱਥੇ ਵੀ ਜਿੰਨੇ ਬੱਚੇ ਚਾਹੀਦੇ ਸੀ ਮੇਰੇ ਖਿਆਲ ਉਸ ਤੋਂ ਜ਼ਿਆਦਾ ਪਹੁੰਚ ਗਏ ਤੇ ਨੈਚੁਰਲ ਆ ਇਹਨਾਂ ਨੇ ਕੱਟ ਆਫ ਕਰਨਾ ਹੀ ਹੈ ਕੁਆਲਿਟੀ ਸਟੂਡੈਂਟ ਦੀ ਤਰਫ ਆਣਾ ਜੋ ਉਹਨਾਂ ਦੀ ਸਮਝੋ ਬ੍ਰਿਕਜ਼ਿਟ ਦਾ प्रभाव سیਗਾ یا جو ਇਹਨਾਂ ਨੇ ਮੈਨਪਾਵਰ ਸ਼ਾਰਟੇਸ ਸੀ ਉਹ ਆਪਣੀ ਪੂਰੀ ਕਰ ਲਈ ਹੈ ਹਰ ਕੰਟਰੀ ਦੀ ਇਹੀ ਚੀਜ਼ਾਂ ਪਾਲਿਸਿਸ ਹੁੰਦੀਆਂ ਜਿਹਦੇ ਤਹਿਤ ਉਹ ਕੰਮ ਕਰਦੇ ਆ ਹੁਣ ਸਭ ਤੋਂ ਪਹਿਲਾਂ ਤੇ ਜਿਹੜਾ ਇਹਨਾਂ ਦਾ ਅਨਾਉਂਸਮੈਂਟ ਸੀ ਕਿ 1 ਜਨਵਰੀ ਤੋਂ ਸਪਾਊਸ ਵੀਜ਼ਾ ਬੰਦ ਕਰਾਂਗੇ ਸਟੱਡੀ ਦੇ ਵਿੱਚ ਉਹਦੇ ਵਿੱਚ ਮਾਸਟਰ ਬਾਈ ਰਿਸਰਚ ਜਾਂ ਪੀ ਐਚ ਡੀ ਵਿੱਚ ਜਿਹੜੇ ਬੱਚੇ ਜਾ ਰਹੇ ਉਹ ਸਪਾਊਸ ਦੇ ਨਾਲ ਜਾ ਸਕਦੇ ਆ ਉਹ ਹਜੇ ਅੱਜ ਵੀ ਆਪਸ਼ਨ ਓਪਨ ਹੈ ਜਿਹੜੇ ਅਪਡੇਟਸ ਦੇ ਵਿੱਚ ਅਪ੍ਰੈਲ 24 ਚ ਜਿਹੜਾ ਨਿਊਜ਼ ਆ ਰਹੀ ਹੈ ਕਿ ਕੁਝ ਚੇਂजेस ਕਰਨਗੇ ਜਿਹਦੇ ਵਿੱਚ ਜੋ ਸਟੂਡੈਂਟ ਸਪான்ਸਰਸ਼ਿਪ ਲੈਂਦੇ ਸੀ 18000 600 ਸਮਥਿੰਗ ਮਤਲਬ ਆਲਮੋਸਟ 19000 ਪਾਉਂਡ ਤੇ ਸਪான்ਸਰਸ਼ਿਪ ਲੈਟਰ ਲੈਂਦੇ ਸੀਗੇ ਉਹਨਾਂ ਨੂੰ ਜਿਹੜੀ ਹੋ ਸਕਦਾ 39000 ਪਾਉਂਡ ਤੇ ਸਪான்ਸਰਸ਼ਿਪ ਮਿਲੇ ਉਹ ਇੱਕ ਮੁਸ਼ਕਿਲ ਹੋ ਜਾਏਗਾ ਥੈਟ ਮੀਨਸ ਉਹ ਵੀ ਆਲਮੋਸਟ ਸਪான்ਸਰਸ਼ਿਪ ਲੈਟਰ ਵਾਲਾ ਕੰਮ ਜਿਹੜਾ ਖਤਮ ਹੋਣ ਵਾਲਾ ਸੈਕਿੰਡ ਕੀ ਹੈ ਕਿ ਜਦ ਬੱਚਾ ਉੱਥੇ ਪਹੁੰਚ ਗਿਆ ਔਰ ਸਮਝੋ 8 ਮੰਥਸ ਪੜ ਕੇ ਫਿਰ ਸਪਾਊਸ ਨੂੰ ਬੁਲਾਣਾ ਚਾਹੁੰਦਾ ਹੈ ਤੇ ਉਹਦੀ ਵੀ ਇਹੀ ਸੀ ਕੋਈ 18000 19000 ਜਿੰਨੇ ਉਹਨਾਂ ਦੀ ਸੈਲਰੀ ਹੋਏ ਤੇ ਫਿਰ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ ਉਹ ਵੀ ਜਿਹੜਾ ਹੁਣ ਅਪਡੇਟ ਆਉਣ ਵਾਲੀ ਹਜੇ ਆਈ ਨਹੀਂ ਹੈ ਇਸ ਕਰਕੇ ਉਹ ਨਿਰਾਸ਼ ਨਾ ਹੋਣ ਕਿਉਂਕਿ ਹਜੇ ਜਿਹੜੇ ਵੀ ਸਟੂਡੈਂਟ ਵੀਜ਼ਾ ਦੇ ਬੱਚੇ ਆ ਜਾਨ ਇਨਟੇਕ ਮਾਰਚ ਇਨਟੇਕ ਉਹਦੇ ਬਾਅਦ ਮੇ ਇਨਟੇਕ ਕੁਝ ਯੂਨੀਵਰਸਿਟੀਆਂ ਦੇ ਰੋਲਿੰਗ ਇਨਟੇਕ ਉਹਦੇ ਵਿੱਚੋਂ ਲੈ ਸਕਦੇ ਆ ਬਟ 스ਪਾਊਸ ਨੂੰ ਬੁਲਾਉਣ ਵਾਸਤੇ ਹੋ ਸਕਦਾ ਉਸ 9 39000 ਪਾਉਂਡ ਦੀ ਸੈਲਰੀ ਮੰਗ ਸਕਦੇ ਜਿਹੜਾ ਹਜੇ ਸੋਣਾ ਚਾ ਰਿਹਾ ਕਿਉਂਕਿ ਕੋਈ ਵੀ ਨਿਊਜ਼ ਜਦ ਤੱਕ ਇੰਪਲੀਮੈਂਟ ਨਹੀਂ ਹੁੰਦੀ ਜਦ ਤੱਕ ਉਹ ਕਨਫਰਮ ਨਹੀਂ ਹੁੰਦੀ ਯੂਕੇ ਦਾ ਬਹੁਤ ਜਤ ਇਹਨਾਂ ਨੇ ਵੀਜ਼ਾ ਖੋਲਿਆ ਉਸ ਤੋਂ 2 ਸਾਲ ਪਹਿਲੇ ਮਾਰਕੀਟ ਚ ਨਿਊਜ਼ ਆਈ ਸੀ ਯੂਕੇ ਵੀਜ਼ਾ ਖੋਲਣ ਵਾਲਾ ਹੈ 2 ਸਾਲ ਦਾ ਲੋਕ ਵੇਟ ਕਰ ਰਹੇ ਸੀ 2 ਸਾਲ ਬਾਅਦ ਆਇਆ 2 ਸਾਲ ਪਹਿਲੇ ਹੀ ਜਿਹੜਾ ਏਜੰਸੀਜ਼ ਨੇ ਸੋਚ ਲਿਆ ਸੀਗਾ ਕਿ ਵੀਜ਼ਾ ਖੁੱਲ ਗਿਆ ਤੇ ਇਸੇ ਕਰਕੇ ਜਿਹੜਾ ਅਸੀਂ ਸੋਚ ਰਹੇ ਅਪ੍ਰੈਲ ਚ ਮਸਟ ਬੀ ਉਹ ਇੱਕ ਸਾਲ ਨਾ ਆਏ ਤੇ ਇਹ ਇੱਕ ਮਤਲਬ ਇਹ ਸਮਝਿਆ ਜਾ ਰਿਹਾ ਕਿ ਇਦਾਂ ਦਾ ਕੁਝ ਚੇਂਜਸ ਹੋ ਸਕਦੇ ਆ ਬਟ ਜੀਡੀਐ ਸਟੂਡੈਂਟ ਅਜੇ ਅਪਲਾਈ ਕਰਨਾ ਚਾਹੁੰਦੇ ਅਜ ਤੱਕ ਦਿਨ ਇੱਕ ਤੇ ਫੀਸਾਂ ਘਟ ਹੈ ਔਰ ਹਜੇ ਹੀ ਜੜਿਆ ਪੀਐਸਡਬਲਿਊ ਟੂ ইਅਰਸ ਦਾ ਤੇ ਯੂਕੇ ਜਾਣ ਦੇ ਚਾਹਵਾਨ ਬੱਚੇ ਜੜੇ ਹੈ ਹਜੇ ਫਾਇਦਾ ਉਠਾ ਸਕਦੇ ਹੈ ਫਿਊਚਰ ਕਿਸੇ ਦੇ ਹੱਥ ਚ ਵੀ ਨਹੀਂ ਹੈ ਕੀ ਹੋਣਾ ਬਟ ਐਦਾਂ ਦੇ ਕੁਝ ਸੰਭਾਵਨਾ ਹੋ ਸਕਦੀ ਹੈ ਕਿ ਕਿਉਂਕਿ ਇਹਨਾਂ ਨੇ ਸਪਾਉਸ ਦੇ ਤੇ ਜਿਆਦਾ ਸਟ੍ਰਿਕਟ ਹੋਏ ਹੈ ਰੀਜ਼ਨ ਬੀਇੰਗ ਕਿ ਦੇਖੋ ਇੱਕ ਦਿਨ ਨਾਲ ਇੱਕ ਬੰਦਾ ਜੇ ਜਾ ਰਿਹਾ ਹੈ ਤੇ ਉਹਨਾਂ ਦੇ ਉਹਨਾਂ ਫੀਸ ਉਹਨਾਂ ਨੂੰ ਇੱਕ ਬੱਚੇ ਤੋਂ ਮਿਲੀ ਆ ਤੇ ਉਹਨਾਂ ਨੂੰ ਜਿਹੜੀ ਇਕਨੋਮੀ ਤੇ ਬਾਡਨ ਜਿਹੜਾ ਦੋਨਾਂ ਦਾ ਪੜਨ ਦੇ ਬਾਅਦ ਜਿਹੜੀ এমਪਲੋਇਮੈਂਟ ਅਪਰਚੂਨਿਟੀਆਂ ਦੋਨੋਂ ਬੰਦੇ ਲੱਭ ਰਹੇ ਆ ਇਸ ਕਰਕੇ ਜਿਹੜਾ ਸਟੂਡੈਂਟ ਜਾ ਰਿਹਾ ਖਾਲੀ ਉਹਦੀ ਫੀਸ ਆ ਰਹੀ ਆ ਉਹ ਅੱਗੇ ਉਹਨਾਂ ਨੂੰ ਰਿਸਰਚ ਵਿੱਚ ਉਹਨਾਂ ਨੂੰ ਜਿਹੜਾ ਇਕਨੋਮੀ ਡਿਵੈਲਪਮੈਂਟ ਚ ਜਿਹੜਾ ਫਾਇਦਾ ਦੇ ਰਿਹਾ ਹੁਣ ਉਹ ਉਸੇ ਤਰਫ ਜ਼ਿਆਦਾ ਧਿਆਨ ਦੇਣਗੇ ਹੋ ਜਿਹੜਾ ਸਪਾਊਸ ਦੀ ਤਰਫ ਉਹ ਕਟ ਸ਼ਾਰਟ ਕਰਨ ਵਾਲੇ ਹੈ ਇਸੇ ਕਰਕੇ ਅਸੀਂ ਇੱਕ ਵੀਡੀਓ ਜਿਹੜੀ ਬਣਾਈ ਆ ਤੁਸੀਂ ਉਹ ਦੇਖ ਸਕਦੇ ਹੋ YouTube ਦੇ ਵਿੱਚ ਤੁਸੀਂ ਪਲੀਜ਼ ਹਰਜੋ ਜੀ ਉਹਨਾਂ ਦੇ ਲਿੰਕ ਬਾਦੋ ਜਿਹੜੇ ਸਪਾਊਸ ਦੇ ਸਪੈਸ਼ਲੀ ਕਿਹੜੇ ਕਿਹੜੇ ਕੰਟਰੀ ਹੋਰ ਵੀਜ਼ਾ ਦੇ ਰਹੇ ਜਿਹੜੇ ਖਾਲੀ ਸਪਾਊਸ ਦੇ ਚਾਹਵਾਨ ਹੈ ਉਹ ਤੁਸੀਂ ਡੈਨਮਾਰਕ ਫਿਨਲੈਂਡ ਸਵੀਡਨ ਐਂਡ ਫਰਾਂਸ ਦੇ ਵਾਸਤੇ ਤੁਸੀਂ ਆਪਟ ਕਰ ਸਕਦੇ ਹੋ ਹਜੇ ਜਿਹੜਾ ਯੂਕੇ ਨੇ اور ਵਾਕਈ ਜਬ ਬਹੁਤ ਅੱਛਾ ਵੀਜ਼ਾ ਦਿੱਤਾ ਔਰ ਸਿੰਗਲ ਸਟੂਡੈਂਟ ਵਾਸਤੇ ਅਜ ਵੀ ਬਹੁਤ ਅੱਛੀ ਕੰਟਰੀ ਹੈ ਜਿੱਥੇ ਘੱਟ ਤੋਂ ਘੱਟ ਫੀਸ 10 ਤੋਂ 11 ਲੱਖ ਚ ਪਰ ਹੈ ਨਾ ਇੱਕੋ ਸਾਲ ਦਾ ਕੋਰਸ ਹੈ ਔਰ ਉਹਦੇ ਵਿੱਚ ਤੁਹਾਨੂੰ 2 ਇਅਰ ਦਾ ਪੋਸਟ ਸਟਡੀ ਵਰਕ ਪਰਮਿਟ ਮਿਲਦਾ ਤੁਸੀਂ ਉਹ ਆਪਸ਼ਨ ਹਜੇ ਵੀ ਲੈ ਸਕਦੇ ਹੋ ਜੀ ਠੀਕ ਹੈ ਬਿਲਕੁਲ ਸੋ ਮੈਮ ਜਿਵੇਂ ਆਪਾਂ ਪਹਿਲਾਂ ਦੇਖਦੇ ਸੀ ਯੂਕੇ ਵੱਲ ਬਹੁਤ ਫੋਕਸ ਚਲੋ ਸਪਾਊਸ ਵੀਜ਼ਾ ਨੂੰ ਲੈ ਕੇ ਦੇਖਿਆ ਜਾਂਦਾ ਸੀ ਪਰ ਅਦਰ ਦੈਨ ਸਪਾਊਸ ਵੀਜ਼ਾ ਦੀ ਅਗਰ ਆਪਾਂ ਗੱਲ ਕਰੀਏ ਜਿਹੜੇ ਸਟੂਡੈਂਟ ਸਟੱਡੀ ਤੇ ਹੀ ਫੋਕਸ ਕਰਨਾ ਚਾਹ ਰਹੇ ਨੇ ਯੂਕੇ ਤੋਂ ਇਲਾਵਾ ਹੋਰ ਨਾਲ ਕਿਹੜੀਆਂ ਚੰਗੀਆਂ ਆਪਸ਼ਨਸ ਬਾਰੇ ਤੁਸੀਂ ਜ਼ਰੂਰ ਸੁਜੈਸਟ ਕਰਨਾ ਚਾਹੋਗੇ ਯੂਕੇ ਦਾ ਨਾਲ ਸਪਾਊਸ ਦਾ ਤਾਂ ਮੈਂ ਦੱਸਿਆ ਹੀ ਤੁਹਾਨੂੰ ਯੂਰਪ ਲੈ ਸਕਦੇ ਆ ਨਿਊਜ਼ੀਲੈਂਡ ਲੈ ਸਕਦੇ ਆ ਆਸਟ੍ਰੇਲੀਆ ਦੇ ਵਿੱਚ ਤੇ ਕੇਸ ਜੇ ਐਕਸਟ੍ਰੀਮਲੀ ਗੁੱਡ ਹੂੰ ਐਕਸਟ੍ਰੀਮਲੀ ਗੁੱਡ ਦਾ ਮਤਲਬ ਬੱਚੇ ਦੀ ਗ੍ਰੈਜੂਏਸ਼ਨ ਹੈ ਮੈਰਿਜ 1-2 ਸਾਲ ਪੁਰਾਣੀ ਹੈ ਅੱਛੀ ਯੂਨੀਵਰਸਿਟੀ ਤੋਂ ਲੈਵਲ ਵਨ ਯੂਨੀਵਰਸਿਟੀ ਤੋਂ ਇੰਡੀਆ ਚ ਪੜ੍ਹਾਈ ਕੀਤੀ ਹੋਈ ਹੈ ਪਰਸੈਂਟੇਜ ਬਹੁਤ ਅੱਛੀ ਹੈ ਕੋਰਸ ਬਹੁਤ ਅੱਛਾ ਲਿਆ ਹੈ ਨਾਟ ਆਰਟਸ ਕੁਝ ਯੂਨੀਵਰਸਿਟੀਆਂ ਨੂੰ ਲਿਆ ਵੀ ਨਹੀਂ ਰਹੇ ਆ ਜਿਹੜੇ ਰਿਕਾਰਡ ਪ੍ਰੋਪਰ ਹੈ ਹਰ ਸਟੂਡੈਂਟ ਨੂੰ ਪਤਾ ਕਿ ਮੇਰਾ ਪ੍ਰੋਫਾਈਲ ਕਿੰਨਾ ਅੱਛਾ ਹੈ ਉਹ ਦੱਸਣ ਦੀ ਲੋੜ ਨਹੀਂ ਆਉਂਦੀ ਆਇਲ ਸਕੋਰ ਬਹੁਤ ਅੱਛਾ ਹੈ ਫਾਈਨੈਂਸ਼ੀਅਲੀ ਅੱਛੇ ਹੈ ਉਹ ਆਸਟ੍ਰੇਲੀਆ ਹਜੇ ਵੀ ਐਕਸੈਪਟ ਕਰ ਰਿਹਾ ਹੈ ਔਰ ਸੈਕਿੰਡ ਆਪਸ਼ਨ ਨਿਊਜ਼ੀਲੈਂਡ ਬਸ ਫੰਡਿੰਗ ਉਹਨਾਂ ਨੂੰ ਥੋੜੀ ਜ਼ਿਆਦਾ ਦਿਖਾਣੀ ਪੈਂਦੀ ਹੈ ਐਂਡ ਜਿਹੜਾ ਉਹ ਸਟੂਡੈਂਟ ਯੂਕੇ ਜਾਣ ਦਾ ਚਾਹਵਨ ਉਸ ਦੇ ਵਾਸਤੇ ਫਰਾਂਸ ਦਾ ਆਪਸ਼ਨ ਬਹੁਤ ਅੱਛਾ ਹੈ 스ਪਾਊਸ ਵੀਜ਼ਾ ਵਾਸਤੇ ਮਾਸਟਰ ਜੇ ਕੀਤੀ ਹੋਏ ਹਮਮ ਔਰ ਜੇ ਮਾਸਟਰ ਨਹੀਂ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਵਾਸਤੇ ਡੈਨਮਾਰਕ ਸਵੀਡਨ ਫਿਨਲੈਂਡ ਇਹ ਅੱਛੀ ਆਪਸ਼ਨ ਆ ਜਾਂਦੀਆਂ ਫਰਾਂਸ ਦੇ ਵਿੱਚ ਖਾਲੀ 7000 ਯੂਰੋ ਤੁਸੀਂ ਫੀਸ ਦੇ ਪੇ ਕਰਕੇ ਇੱਕ ਸਾਲ ਦੇ ਇੰਨੀ ਘੱਟ ਫੀਸ ਤੁਹਾਨੂੰ ਬਹੁਤ ਘੱਟ ਮਿਲੇਗੀ ਇੱਕ ਫਰਾਂਸ ਵਰਗੀ ਕੰਟਰੀ ਜਿਹੜੀ ਇੰਨੀ ਬੜੀ ਕੰਟਰੀ ਟੈਕਨੋਲੋਜੀ ਵਾਈਜ਼ ਦੇਖੋ ਇੰਡੀਆ ਫਰਾਂਸ ਦੀ ਡੀਲਸ ਦੇਖੋ ਤੁਸੀਂ ਕਿੰਨੀ ਜ਼ਬਰਦਸਤ ਟੈਕਨੋਲੋਜੀ ਦੇ ਅਚੰ ਬ੍ਰਾਂਡਸ ਦੇਖੋ ਜਿੰਨੇ ਫੈਸ਼ਨ ਦੇ ਮੈਕਸਿਮਮ ਬ੍ਰਾਂਡ ਆ ਉਹ ਸਾਰੇ ਫਰਾਂਸ ਦੇ ਆ ਜਿਹੜੀ ਵੀ ਆਪਾਂ ਕੋਸਮੈਟਿਕ ਲੈ ਰਹੇ ਆ ਜਾਂ ਗਵਰਨਮੈਂਟ ਦੀ ਆਪਣੇ ਡਿਫੈਂਸ ਦੀ ਡੀਲਸ ਦੇਖੋ ਤੁਸੀਂ ਕਿੰਨੀ ਬੜੀ ਬੜੀ ਡੀਲ ਹੋਈਆਂ ਉਹ ਸਾਰਾ ਫਰਾਂਸ ਤੋਂ ਹੀ ਆ ਰਿਹਾ ਹੈ ਤੇ ਇਕਨੋਮਿਕਲੀ ਬਹੁਤ ਸਟਰੋਂਗ ਕੰਟਰੀ ਹੈ ਹਸਬੰਡ ਵਾਈਫ ਬੱਚਾ ਦੋਨੋਂ ਜਾਣਾ ਚਾਹੁੰਦੇ ਤੈਨੂੰ ਤੇ ਤੁਸੀਂ ਫਰਾਂਸ ਨੂੰ ਇੱਕ ਅੱਛਾ ਆਪਸ਼ਨ ਮੰਨ ਸਕਦੇ ਹੋ ਫਾਰ ਪੀ ਐਚ ਡੀ ਲੇਕਿਨ ਹੋਏਗਾ ਪੀ ਐਚ ਡੀ ਵਾਸਤੇ ਜੇ ਪੀ ਐਚ ਡੀ ਨਹੀਂ ਸੌਰੀ ਮਾਸਟਰਸ ਨਹੀਂ ਕਿਤੇ ਗ੍ਰੈਜੂਏਸ਼ਨ ਕਿੱਤੀ ਹੋਈ ਹੈ ਥੈਨ ਯੂ ਕੈਨ ਥਿੰਕ ਫਾਰ ਡੈਨਮਾਰਕ ਇਜ਼ ਅਗੇਨ ਵੈਰੀ ਵੈਰੀ ਗੁੱਡ ਆਪਸ਼ਨ ਫਾਰ ਯੂ स्वीडन जब बी टैक की आई आई विल ऑलवेज प्रैफर अदरवाइज़ आयल्स चाहिए सूँ जब तीन सिंपल ग्रैजुएशन की वी नीड आयल्स एंड फिनलैंड एम ओ आई बेस जा सकते हो जी बिल्कुल सो देखो डिटेल तुम्हें अपनी प्रोफाइल अकॉर्डिंगली बेस्ट ऑप्शन किमें चुननी है वेदू तो नैविगेटर्स ओवरसीज या ऑफिस अपने डॉकूमेंट्स भेजो या खुद आओ विजिट करो डॉक्यूमेंट्स की असैसमेंट करवाओ और चंगी ऑप्शन के न अगे वध जो नंबर डिसप्ले उपर कॉल करके भी पूरी होर ले सो तो ढेर सारिया ऑप्शनस ने पर एक्सप्लोर करना उस बारे डिटेल जानना अपनी प्रोफाइल की असैसमेंट करवा है कि थोड़े लिए बैस्ट सुटेबल ऑप्शन किसी अपने फ्यूचर में एक सही दिशा जरूर दे सको बहुत बहुत थैंक्स मैम हमेशा की तरह अच्छ भी स्टूडेंट्स अवेयर करने लूडेंट्स गाइड करमे साझी की है स्टूडेंट्स अपने सवाल साढ़े नमेंट सैक्शन के जरिए भी सजे जरूर कर सकते हैं तो कि उन्होंने टॉपिक्स से भी अं अगोंडिय बनाईए होर स्टूडेंट्स के जीआरीज उन्होंने क्लीयर कर सीए इन भीडियोज़ के जरिए सो so, अज के लिए इना ही अगों भी अं तो होर इनफोरमेटिव भीडियोज़ लैके आते रहेंगे फिलहाल ही सब जी इजाजत थैंक यू सो मच थैंक यू